ਪਰੇਸ਼ਾਨੀ ਸਾਨੂੰ ਇਹ ਹੈ ਕਿ ਆਪਣੀ 2 ਮਿੰਟ ਆਈ ਸੀਗੀ ਉਹਦੀ ਮੈਂ ਵਿਰੋਧਤਾ ਕੀਤੀ ਵੀ 2 ਮਿੰਟ ਅਸੀਂ ਨਹੀਂ ਲੱਗਣ ਦੇਣੀ। ਮੈਂ ਆਪਣੇ ਟਾਈਮ 'ਤੇ ਵੀ ਅੱਬਲ ਡੇਟ ਲਾਈ ਸੀ, ਉਸ ਤੋਂ ਬਾਅਦ ਕੋਈ ਕੰਮ ਨਹੀਂ ਹੋਇਆ ਸਾਡੇ ਪਿੰਡ ਮੇਰੇ ਤੋਂ ਬਾਅਦ ਨਹੀਂ ਹੋਇਆ। ਅਤੇ ਅੱਜ ਇਸ ਦੀ ਵਿਰੋਧਤਾ ਕਰਨ ਦੇ ਸਾਡੇ ਬਾਵਜੂਦ ਉਹਨਾਂ ਨੇ ਇੱਟ ਵੀ ਚੁੱਕ ਲਈ ਔਰ ਜਿਹੜਾ ਮਟੀਰੀਅਲ ਸੁੱਟਿਆ ਸਾਰਾ ਚੁੱਕ ਕੇ ਲੈ ਗਏ। ਅਸੀਂ ਇਹਨਾਂ ਨੂੰ ਮੈਂ ਪੁੱਛਿਆ ਵੀ ਇਹ ਜਿਹੜਾ ਮਟੀਰੀਅਲ ਕਿਉਂ ਚੁੱਕਿਆ ਜਾ ਰਿਹਾ, ਉਹ ਕਹਿੰਦੇ ਤੁਹਾਡੇ ਘਰ ਪਿੰਡ ਦਾ ਅਸੀਂ ਕੰਮ ਨਹੀਂ ਕਰਨਾ ਕਿਉਂਕਿ ਤੁਸੀਂ ਸਾਡੀ 2 ਮਿੰਟ ਦੀ SDM ਸਾਹਿਬ ਕੋਈ ਜਾਂ ਕਿਸੇ ਕੋਲ ਵਿਰੋਧਤਾ ਕੀਤੀ ਆ। ਤਾਂ ਉਹਦੀ ਹਮੇਸ਼ਾ ਅਸੀਂ ਵਿਰੋਧਤਾ ਕਰ ਦੇਵਾਂਗੇ। ਅੱਜ ਤੱਕ ਸਾਡੇ ਪਿੰਡ ਦੇ ਲਾਈਟਾਂ 1 ਹਫ਼ਤਾ ਜਗਦੀਆਂ, ਮਹੀਨਾ ਮਹੀਨਾ ਨਹੀਂ ਜਗਦੀਆਂ, ਜੋ ਕਿ ਅਸੀਂ ਬੀਬੀ ਬਲਵਿੰਦਰ ਕੌਰ ਜੋ ਕਮੇਟੀ 'ਤੇ ਘਰ ਲੱਗੇ ਨੇ, ਮੈਂ ਉਹਨਾਂ ਨੂੰ ਪਤਾ ਨਹੀਂ ਕਿੰਨੇ ਫੋਨ ਕੀਤੇ ਲੇਕਿਨ ਉਹ ਫੋਨ ਹੀ ਨਹੀਂ ਚੱਕਦੇ। ਮੈਂ 1-2 ਵਾਰੀ ਉਹਨੂੰ ਵੀ ਫੋਨ ਕੀਤਾ, ਉਹ ਵੀ ਫੋਨ ਨਹੀਂ ਚੱਕਦੇ। ਚਲੋ ਸਾਡਾ ਜੇ ਪਿੰਡ ਨਹੀਂ ਇਸ ਚੀਜ਼ 'ਤੇ ਕੋਈ ਵਿਕਾਸ ਕਰਨਾ ਤਾਂ ਅਲੱਗ ਕਰ ਦੇਣ, ਸਾਡੀ ਗ੍ਰਾਮ ਪੰਚਾਇਤ ਬਣਾ ਦੇਣ। ਇੱਟ ਕਾਹਦੇ ਵਾਸਤੇ ਆਈ ਸੀ? ਇੱਟ ਜੀ ਨਾਲੀ ਦੀ ਰਿਪੇਅਰ ਵਾਸਤੇ ਕਹਿੰਦੇ ਸੀ, ਨਾ ਰਿਪੇਅਰ ਅਤੇ ਨਾ ਕੁਛ ਵੀ। ਇੱਥੋਂ ਇੱਟ ਵੀ ਚੁੱਕ ਕੇ ਲੈ ਗਏ ਆ ਔਰ ਮਟੀਰੀਅਲ ਵੀ ਲੈ ਗਏ। ਅਸੀਂ ਪੁੱਛਿਆ ਮਟੀਰੀਅਲ ਕਿਉਂ, ਕਹਿੰਦੇ ਵੀ ਤੁਹਾਡੇ ਕੰਮ ਨਹੀਂ ਅਸੀਂ ਪਿੰਡ ਦਾ ਕਰਨਾ। ਕਿੰਨੇ ਦਿਨ ਹੋ ਗਏ? ਇਸ ਗੱਲ ਨੂੰ 20-25 ਦਿਨ ਹੋ ਚੱਲੇ ਆ। ਠੀਕ ਆ, ਇੰਨਾ ਹੀ ਖਲਾਰਾ ਪਿਆ ਹੋਇਆ, ਖਲਾਰਾ ਪਿਆ ਜੀ। ਆਵਾਜਾਈ ਲਈ ਵੀ ਦਿੱਕਤ ਹੈ ਕਿਉਂਕਿ ਜੇ ਡਬਲ ਰੋਡ ਨਹੀਂ ਹੈ, ਜੇ ਸਿੰਗਲ ਆ ਉਹਦੇ ਵਾਸਤੇ ਦਿੱਕਤ, ਕਿਉਂਕਿ ਸਾਈਡਾਂ 'ਤੇ ਇੱਟ ਪਈ ਆ ਉਹਦੇ ਵਾਸਤੇ ਕੋਈ ਆਵਾਜਾਈ ਆ, ਟ੍ਰੈਫਿਕ ਆ ਉਹਦੇ ਵਾਸਤੇ ਬਹੁਤ ਮੁਸ਼ਕਲ ਬਣੀ ਹੋਈ ਆ ਕਿਉਂਕਿ ਨਾਲੀਆਂ ਬਣਨ ਨਾ ਬਣਨ ਕਰਕੇ ਗੰਦ ਪਿਆ ਆ ਅਤੇ ਇਹਦੇ ਵਿੱਚ ਸੱਪ ਸਲੂਪੀਆਂ ਵੀ ਤੁਰੇ ਫਿਰਦੇ, ਜੋ ਕਿ ਅਸੀਂ ਇਹਦਾ ਕੁਛ ਨਹੀਂ ਕਰ ਸਕਦੇ ਅਤੇ ਸਾਡੀ ਇਸ ਚੀਜ਼ ਦੀ ਜ਼ਰੂਰਤ ਆ। ਠੀਕ ਹੈ ਜੀ ਕੀ ਫਤਿਹ। ਮੈਂ ਸੂਬੇਦਾਰ ਸ਼ਰਨਜੀਤ ਸਿੰਘ, ਪਿੰਡ ਬਿਲਪੁਰ ਵਾਸੀ, ਆਪ ਜੀ ਦੇ ਨਾਲ ਇੱਕ ਵਿਚਾਰ ਸਾਂਝ ਕਰਨਾ ਚਾਹੁੰਦਾ ਕਿ ਨਗਰ ਪਾਲਿਕਾ ਨਡਾਲਾ ਨੇ ਜੋ ਸਾਡੇ ਨਾਲ ਅੱਜ ਤੋਂ ਪਹਿਲਾਂ 6 ਸਾਲ ਤੱਕ ਵਿਤਕਰਾ ਕੀਤਾ, ਉਸ ਦਾ ਹਾਲ ਆਪ ਜੀ ਦੇ ਸਾਹਮਣੇ ਰੱਖਾਂਗਾ। ਗਲੀਆਂ ਦੀ ਹਾਲਾਤ ਇਸ ਤਰੀਕੇ ਦੀ ਬਣੀ ਹੋਈ ਹੈ ਕਿ ਤੁਸੀਂ ਨਿਗਾਹ ਮਾਰ ਕੇ ਦੇਖ ਲਓ ਕਿਸ ਤਰੀਕੇ ਨਾਲ ਟੁੱਟੀਆਂ ਹੋਈਆਂ ਨੇ। ਜਿਹਨਾਂ ਇਹਨਾਂ 5-6 ਸਾਲਾਂ ਵਿੱਚ ਸਾਡਾ ਨਗਰ ਪਾਲਿਕਾ ਨੇ ਵਿਕਾਸ ਕੀਤਾ, ਇਹੋ ਜਿਹਾ ਨਗਰ ਪਾਲਿਕਾ ਨੇ ਵਿਕਾਸ ਕੀ ਕਰਨਾ ਹੈ? ਸਾਡਾ ਪਾਣੀ ਜਿਹੜਾ ਇਸ ਤਰੀਕੇ ਨਾਲ ਭਰਿਆ ਰਹਿੰਦਾ, ਜਦੋਂ ਵੀ ਬੱਦਲ ਆਉਂਦੇ ਨੇ ਨਾਲੀਆਂ ਦੇਖੋ, ਨਾਲੀਆਂ ਬਿਲਕੁਲ ਗੰਦੀਆਂ ਨੇ, ਕਿਸੇ ਪ੍ਰਕਾਰ ਦਾ ਕੋਈ ਚੰਗੇ ਤਰੀਕੇ ਨਾਲ ਕੰਮ ਨਹੀਂ ਕੀਤਾ ਗਿਆ। ਲਾਈਟਾਂ ਨੇ, ਲਾਈਟਾਂ ਜੀ 1 ਹਫ਼ਤਾ ਜਗਦੀਆਂ ਨੇ, 1-2 ਵਾਰ ਨਹੀਂ ਜਗਦੀਆਂ ਹੈਗੀਆਂ। ਇਹਦੇ ਨਾਲ ਵੀ ਆਪਾਂ ਸੰਬੰਧਿਤ ਰਿਪੋਰਟ ਕਰੀਦੀ ਆ, 1-1 ਹਫ਼ਤਾ ਸਾਡੀ ਆਵਾਜ਼ ਨਹੀਂ ਸੁਣੀ ਜਾਂਦੀ, ਬੇਨਤੀ ਨਹੀਂ ਸੁਣੀ ਜਾਂਦੀ ਹੈ। ਸੋ ਇਸ ਕਰਕੇ ਮੈਂ ਨਗਰ ਪਾਲਿਕਾ ਦੇ ਬੇਨਤੀ ਕਰਦਾ ਹਾਂ, ਜੋ ਵੀ ਤੁਸੀਂ ਕੰਮ ਕਰਦੇ ਹੋ ਇੱਕ ਮਿਨੋਰਟੀ ਦੇ ਨਾਲ, ਇੱਕ ਸਾਰਿਆਂ ਨੂੰ ਇੱਕ ਨਜ਼ਰ ਨਾਲ ਕਰੋ। ਤੁਸੀਂ ਕਹਿੰਦੇ ਹੋ ਬਿਲਪੁਰ ਸਾਡੇ ਨਗਰ ਪਾਲਿਕਾ ਵਿੱਚ ਆ ਚੁੱਕਾ ਹੈ, ਜੇ ਨਗਰ ਪਾਲਿਕਾ ਵਿੱਚ ਆਇਆ ਹੋਇਆ ਤੁਹਾਡਾ ਪਿੰਡ, ਤਾਂ ਤੁਸੀਂ ਉਸ ਪਿੰਡ ਦੀ ਇੱਕ ਨਾਲ ਚੰਗੇ ਚੰਗੇ ਕੰਮ ਕਰੋ। ਬੱਚਿਆਂ ਦੀ ਪਾਰਕਿੰਗ ਵਾਸਤੇ ਸੋਚੋ, ਆਪਣੇ ਬੱਚਿਆਂ ਦੀ ਪਾਰਕਿੰਗ ਤੁਸੀਂ ਬਣਾ ਰਹੇ ਹੋ, ਸਾਡੇ ਪਿੰਡ ਦੇ ਬੱਚੇ ਨਹੀਂ ਹੈ, ਸਾਡੇ ਪਿੰਡ ਦੇ ਵੀ ਬੱਚੇ, ਉਹਨਾਂ ਵਾਸਤੇ ਪਾਰਕਿੰਗ ਬਣਾਓ ਜੇ ਬਣਾਉਣੀ ਹੈ। ਅਤੇ ਇਹੋ ਜਿਹੇ ਕੰਮ ਕਰਨ ਵਾਸਤੇ ਮੈਂ ਅਪੀਲ ਕਰਦਾ ਵਾਂ ਕਿ ਜੋ ਵੀ ਕੰਮ ਕਰਨਾ ਹੈ ਸਰਬਸੰਮਤੀ ਦੇ ਨਾਲ ਕੀਤਾ ਜਾਵੇ, ਤਾਂ ਕਿ ਸਭ ਨੂੰ ਪਤਾ ਚੱਲੇ ਵੀ ਨਗਰ ਪਾਲਿਕਾ ਨੇ ਬਿਲਪੁਰ ਦਾ ਵੀ ਕੰਮ ਕੀਤਾ। ਇਸ ਤਰ੍ਹਾਂ ਹਵਾ ਵਿੱਚ ਗੱਲਾਂ ਕਰਨੀਆਂ ਚੰਗੀ ਗੱਲ ਨਹੀਂ ਹੈ, ਕਿਉਂਕਿ ਲੋਕ ਬਹੁਤ ਹਵਾ 'ਚ ਅੱਜ ਬਿਲਪੁਰ ਦਾ ਇਹ ਸਵਾਰ ਦਿੱਤਾ, ਉਹ ਸਵਾਰ ਦਾ ਕੁਛ ਨਹੀਂ ਸਵਾਰਿਆ ਸਾਡਾ, ਜੋ ਪਹਿਲੇ ਸੀ ਅੱਜ 6-7 ਪਹਿਲੇ ਇਹ ਪੁਰਾਣੀਆਂ ਇੱਟਾਂ ਲੱਗੀਆਂ ਹੋਈਆਂ ਨੇ, ਜਿਹੜੀਆਂ ਕਿ ਵੀ ਮਨਜੀਤ ਕੌਰ ਸਰਪੰਚ ਦੇ ਵਾਰ ਦੀਆਂ ਲੱਗੀਆਂ ਹੋਈਆਂ ਨੇ। ਉਸ ਤੋਂ ਬਾਅਦ ਦੁਬਾਰਾ ਫਿਰ ਮਟੀਰੀਅਲ ਆਇਆ ਸੀ, 2 ਇੱਟਾਂ ਲਿਆ ਕੇ ਰੱਖ ਦਿੱਤੀਆਂ ਅਤੇ 2 ਮਿੰਟਾਂ 'ਚ ਕਾ ਦਿੱਤੀਆਂ। ਇਸ ਕਰਕੇ ਇਹਨਾਂ ਚੀਜ਼ਾਂ ਦੇ ਨਾਲ ਨਹੀਂ, ਜੋ ਚੀਜ਼ ਚੰਗੀ ਹੈ ਸੋਲਿਡ ਚੀਜ਼ ਆ ਉਸ ਨੂੰ ਵਰਤਣ ਦੀ ਜ਼ਰੂਰਤ ਹੈ, ਉਹ ਸੋਲਿਡ ਚੀਜ਼ ਵਰਤੀ ਜਾਏ ਤਾਂ ਕਿ ਲੌਂਗ ਲਾਈਫ ਵਾਸਤੇ ਉਹ ਚੱਲਦੀ ਰਹੇ। ਇਹ ਮੇਰੀ ਅਪੀਲ ਹੈ ਸਾਰਿਆਂ ਨੂੰ, ਇਹ ਮੇਰੀ ਬੇਨਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।